ਔਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ थी ਉਦੋਂ 6 ਰੁਪਏ ਕੁਝ ਪੈਸੇ ਬਿਜਲੀ ਹਰ ਘਰੇਲੂ ਖਪਤਕਾਰ ਨੂੰ ਮਿਲਦੀ ਸੀ ਅੱਜ 10 ਰੁਪਏ ਦੇ ਕਰੀਬ ਹੈ ਕਾਮਾਦਵੀ ਪਾਰਟੀ ਹੈ ਉਹ ਤਾਂ ਦੇਖੋ ਮੈਂ ਸਮਝਦਾ ਡਰਾਮੇਬਾਜ਼ ਨੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਹੈਗੀ ਕਿ ਕਿਸੇ ਰੇਟ ਦੇ ਐਗਰੀਮੈਂਟ ਹੋਏ ਨਹੀਂ 35 ਰੁਪਏ ਦੇ ਕਰੀਬ ਪਰ ਲੀਟਰ ਜਿਹੜਾ ਹੈ ਕੱਚੇ ਮਾਲ ਦੀ ਕੀਮਤ ਹੈ ਉਹਦੇ ਉੱਤੇ ਤੁਸੀਂ ਹੈਰਾਨ ਹੋਮੋਗੇ ਕਿ 57 ਰੁਪਏ ਪਰ ਲੀਟਰ ਟੈਕਸ ਹੈ ਜਿਦੇ ਜੋ 31 ਰੁਪਏ ਕੇਂਦਰ ਸਰਕਾਰ ਲੈ ਰਹੀ ਹੈ 26 ਰੁਪਏ ਕੇਪਟਨ ਸਰਕਾਰ ਲੈ ਰਹੀ ਹੈ ਸਿਆਣੇ ਕਹਿੰਦੇ ਨੇ ਨਾ ਜਿਹੜਾ ਕੰਮ ਕਰਨਾ ਨਾ ਹੋਵੇ ਉਹਦੇ ਲਈ ਲੋਕਾਂ ਨੂੰ ਗੁੰਮਰਾਹ ਕਰਨਾ ਉੱਠਿਆ ਨਾ ਜਾਵੇ ਫਿਟੇ ਮਗੋਡਿਆਂ ਦੇ ਕਿ ਮੈਂ 2022 ਦੇ ਵਿੱਚ ਕੋਈ ਨਵਾਂ ਛੰਡਿੱਤਰ ਰੱਜ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਸ਼ਾਇਦ ਮੈਂ ਲੋਕਾਂ ਨੂੰ ਗੁੰਮਰਾਹ ਕਰ ਲਾਂ ਪੰਜਾਬ ਦੇ ਲੋਕ ਸਿਆਣੇ ਨੇ ਇੱਕ ਵਾਰੀ ਕਾਠ ਦੀ ਹੰਡੀ ਚੜਦੀ ਹੈ ਬਾਰ ਬਾਰ ਕਾਠ ਦੀ ਹੰਡੀ ਨਹੀਂ ਚੜਦੀ ਹੁੰਦੀ ਜਿੱਥੋਂ ਦਾ ਕਾਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਬੇਈਮਾਨਾ ਪਾਰਟੀ ਹੈ ਉਹਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਸੰਬੰਧ ਨਹੀਂ ਨਾ ਉਹਨਾਂ ਨੂੰ ਪੰਜਾਬ ਦੇ ਕਲਚਰ ਦਾ ਪਤਾ ਹੈ ਜੋ ਕੁਝ ਉਹ ਕਰਦੇ ਫਿਰਦੇ ਨੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਪੰਜਾਬ ਦਾ ਬਜਟ ਪੇਸ਼ ਹੋਣਾ ਸੋ ਲਗਾਤਾਰ ਧਰਨੇ ਪ੍ਰਦਰਸ਼ਨ ਉੱਥੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿ ਬਿਜਲੀ ਦੇ ਰੇਟ ਬਹੁਤ ਜ਼ਿਆਦਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿ ਪੈਟਰੋਲ ਡੀਜ਼ਲ ਦੀ ਮਹਿੰਗਾਈ ਹੋ ਗਈ ਸਗੋਂ ਕਾਂਗਰਸ ਪਾਰਟੀ ਵੀ ਖੁਦ ਪੈਟਰੋਲ ਡੀਜ਼ਲ ਤੇ ਸਿਲੰਡਰਾਂ ਦੀ ਵਿਰੋਧਤਾ ਕਰਦੀ ਆ ਕਿ ਇੰਨੇ ਰੇਟ ਕਿਉਂ ਵਧਾਏ ਕੇਂਦਰ ਸਰਕਾਰ ਤੇ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਤੇ ਨਿਸ਼ਾਨੇ ਲਾ ਰਹੀ ਆ ਸੋ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਨੇ ਮਹਿੰਗਾਈ ਵੱਧ ਰਹੀ ਆ ਸੋ ਤੁਹਾਨੂੰ ਜਾਣਕਾਰੀ ਦੇਤੀ ਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਮਾਰਚ ਨੂੰ ਡੀਸੀ ਦਫਤਰ ਘੇਰੇ ਜਾਣੇ ਨੇ ਇਸ ਸਬੰਧ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਾਬੂ ਪ੍ਰਕਾਸ਼ ਚੰਦ ਗਰਗ ਮੌਜੂਦ ਨੇ ਗਰਗ ਸਾਹਿਬ 8 ਮਾਰਚ ਦੇ ਕਿਵੇਂ ਦੇ ਪ੍ਰਦਰਸ਼ਨ ਰਹਿਣੇ ਨੇ ਤੇ ਕਿੱਥੇ ਕਿੱਥੇ ਤੁਸੀਂ ਪ੍ਰੋਟੈਸਟ ਕਰਨੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਉਸ ਤੋਂ ਜਵਾਬ ਮੰਗਦੇ ਨੇ ਕਿਉਂਕਿ ਪਹਿਲੀ ਵਾਰੀ ਰਾਜਨੀਤੀ ਦੇ ਵਿੱਚ ਹੋਇਆ ਹੈ ਕਿ ਕਿਸੇ ਪਾਰਟੀ ਦਾ ਆਗੂ ਗੁਟਕਾ ਸਾਹਿਬ ਲੈ ਕੇ ਸੌਂ ਚੱਕੇ ਜੀ ਔਰ ਤਖਤ ਦਮਦਮਾ ਸਾਹਿਬ ਕੰਨੀ ਹੱਥ ਕਰਕੇ ਲੋਕਾਂ ਨੂੰ ਇਹ ਭਰੋਸਾ ਦੇਵੇ ਕਿ ਮੇਰੀ ਸਰਕਾਰ ਬਣਾ ਦਿਓ ਮੈਂ ਪੰਜਾਬ ਦੇ ਕਿਸਾਨਾਂ ਦਾ ਪਾਈ ਪਾਈ ਮਾਫ ਕਰ ਦੂੰਗਾ ਦੇਖੋ ਸਭ ਤੋਂ ਵੱਡਾ ਸਿੱਤਮ ਹੈ ਕਿ ਉਸ ਨੇ ਕਿਸਾਨਾਂ ਨੂੰ ਇਹ ਗੱਲ ਕਹੀ ਕਿ ਮੈਂ ਨੈਸ਼ਨਲਾਈਜ਼ ਬੈਂਕ ਵੀ ਕੋਆਪਰੇਟਿਟਿਵ ਬੈਂਕ ਵੀ ਇੱਥੋਂ ਤੱਕ ਕਿ ਜਿਹੜਾ ਆੜਤੀਆਂ ਦਾ ਲੋਨ ਹੈ ਉਹ ਤੁਸੀਂ ਨਹੀਂ ਪਰਣਾ ਮੈਂ ਪਰੂੰਗਾ ਜਿਹੜਾ ਕਿ ਤਕਰੀਬਨ 1 ਲੱਖ ਕਰੋੜ ਰੁਪਏ ਦੇ ਕਰੀਬ ਬਣਦਾ ਹੈ ਅੱਜ 4 ਸਾਲ ਹੋ ਗਏ ਕਿਸਾਨ ਜਿਹੜਾ ਹੈ ਮੰਧ ਹਾਲੀਵਲ ਜਾ ਰਿਹਾ ਹੈ ਔਰ ਸੈਂਕੜੇ ਕਿਸਾਨਾਂ ਨੇ ਖੁਦਕਸ਼ੀ ਕਰ ਲਈ ਔਰ ਨਾਲ ਇਹ ਵੀ ਐਲਾਨ ਕੀਤਾ ਸੀਗਾ ਕਿ ਕਰਜ਼ਾ ਕਰਕੀ ਖਤਮ ਫਸਲ ਦੀ ਪੂਰੀ ਰਕਮ ਅੱਜ ਕੈਪਟਨ ਮਨਿੰਦਰ ਸਿੰਘ ਲੋਕਾਂ ਨੂੰ ਜਵਾਬ ਦੇਵੇ ਦੂਸਰਾ ਵਾਦਾ ਉਹਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਕਿ ਮੈਂ ਘਰ ਘਰ ਨੌਕਰੀ ਦੇਊਂਗਾ ਪੰਜਾਬ ਦੇ ਵਿੱਚ 57 ਲੱਖ ਪਰਿਵਾਰ ਹੈ ਕੀ ਕੈਪਟਨ ਮਰਿੰਦਰ ਸਿੰਘ ਅੱਜ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਗੇ ਕਿ 57 ਲੱਖ ਪਰਿਵਾਰਾਂ ਨੂੰ ਨੌਕਰੀ ਦੇਤੀ ਅੱਜ ਢਾਬਿਆਂ ਤੇ ਰਹਿਣ ਵਾਲੇ ਕਰਿਆਨੇ ਦੀ ਦੁਕਾਨਦਾਰਾਂ ਦੇ ਕੰਮ ਕਰਨ ਵਾਲੇ ਰੀੜੀਆਂ ਤੇ ਫੜੀਆਂ ਲਾਉਣ ਵਾਲਿਆਂ ਨੂੰ ਵੀ ਕਹੀ ਜਾਂਦਾ ਹੈ ਕਿ ਮੈਂ ਇਹਨਾਂ ਨੂੰ ਨੌਕਰੀ ਦੇ ਉੱਤੇ ਰੋਜ਼ਗਾਰ ਦੇਤਾ ਫਿਰ ਉਸਨੇ ਵਾਅਦਾ ਕੀਤਾ ਦੀਗਾ ਕਿ ਜਿਹੜੇ ਪੰਜਾਬ ਦਾ ਮੁਲਾਜ਼ਮ ਨੇ ਜਿਹੜੇ ਅਡਹੌਕ ਤੇ ਨੇ ਉਹਨਾਂ ਨੂੰ ਮੈਂ ਰੈਗੂਲਰ ਕਰੂੰਗਾ ਜਿਹੜੇ ਆਊਟਸੋਰਸਿੰਗ ਨੇ ਉਹਨਾਂ ਨੂੰ ਅਡਹੌਕ ਤੇ ਕਰੂੰਗਾ ਸਾਰੇ ਮੁਲਾਜ਼ਮ ਸਰਕਾਰ ਬਣਦੇ ਮੈਂ ਪੱਕੇ ਕਰ ਦੇਣੇ ਨੇ ਅੱਜ ਮੁਲਾਜ਼ਮਾਂ ਦਾ ਹਾਲ ਦੇਖ ਲੋ ਕਿ ਮੁਲਾਜ਼ਮਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀਗਾ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚੋਂ 20000 ਤੋਂ ਵੱਧ ਅਸਾਮੀ ਖਤਮ ਕਰਤੀਆਂ ਠੀਕ ਹੈ ਜੀ ਅਜ ਨਹੀਂ ਕਿ ਤੁਸੀਂ ਕਹਿ ਰਹੇ ਹੋ ਬਾਪੂ ਜੀ ਕਿ ਕੋਈ ਵਾਦਾ ਨਹੀਂ ਪੂਰਾ ਕਰਿਆ ਮਤਲਬ ਕਿਸੇ ਵਰਗ ਨੂੰ ਕੋਈ ਸਹੂਲਤ ਨਹੀਂ ਦਿੱਤੀ ਇਹੀ ਕਹਿਣਾ ਚਾਹੁੰਦੇ ਪਰ ਵੱਡੀ ਗੱਲ ਹੈ ਜਿਹੜੀ ਮੇਨ ਆ ਅੱਜ ਪੈਟਰੋਲ ਡੀਜ਼ਲ ਦੇ ਪਾ ਨੇ ਆਮ ਆਦਮੀ ਪਾਰਟੀ ਨੇ ਉੱਥੇ ਪ੍ਰਦਰਸ਼ਨ ਕੀਤੇ ਕਿ ਬਿਜਲੀ ਦੇ ਰੇਟ ਬਹੁਤ ਜ਼ਿਆਦਾ ਨੇ ਆਮ ਆਦਮੀ ਪਾਰਟੀ ਨੇ ਦੋਸ ਇਹ ਵੀ ਲਾਏ ਨੇ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵਕਤ ਸੁਖਵੀਰ ਸਿੰਘ ਬਾਦਲ ਨੇ ਜੋ ਵੀ ਕੰਟਰੈਕਟ ਕਰੇ ਨੇ ਉਸ ਤੋਂ ਬਾਅਦ ਉਹੀ ਕੰਟਰੈਕਟ ਚੱਲਦੇ ਨੇ ਜਿੱਥੋਂ 9 ਰੁਪਏ ਬਿਜਲੀ ਮਿਲਦੀ ਆ ਜਦਕਿ ਆਪਾਂ ਨੂੰ ਬਾਹਰੋਂ ਬਿਜਲੀ 6 ਰੁਪਏ ਵੀ ਮਿਲ ਸਕਦੀ ਹੈ ਸਸਤੀ ਹੋ ਸਕਦੀ ਹੈ ਬਿਜਲੀ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਦੇਖੋ ਜਿੱਥੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੋਕਾਂ ਨੂੰ ਲਾਬੰਦ ਕਰ ਰਹੇ ਆ ਕਿ ਨਾ ਉਹਨੇ ਮੁਲਾਜ਼ਮਾਂ ਦਾ ਕੁਝ ਕੀਤਾ ਨਾ ਉਸਨੇ ਇੰਡਸਟਰੀ ਵਾਲਿਆਂ ਦਾ ਕੀਤਾ ਨਾ ਉਸਨੇ ਬੇਰਜ਼ਗਾਰ ਬੱਚਿਆਂ ਦਾ ਕੀਤਾ ਜਿਨ੍ਹਾਂ ਨੂੰ ਕਹਿੰਦਾ ਸੀ ਕਿ ਬੇਰਜ਼ਗਾਰੀ ਭੱਤਾ ਦੇਊਂਗਾ ਘਰ ਘਰ ਨੌਕਰੀ ਦੇਊਂਗਾ ਜੋ ਸੜਕਾਂ ਦੇ ਉੱਤੇ ਰੁੱਲਦੇ ਫਿਰਦੇ ਨੇ ਮੁਲਾਜ਼ਮਾਂ ਦੇ ਕੇਂਦਰੀ ਪੈਟਰਨ ਲਾਗੂ ਕਰ ਰਹੇ ਹੈ ਔਰ ਜਿੱਥੋਂ ਤੱਕ ਬਿਜਲੀ ਦੇ ਬਿੱਲਾਂ ਦਾ ਸਵਾਲ ਹੈ ਕਿ ਸੋ ਮਨੀ ਆਕਾਲੀ ਦਲ ਦੀ ਸਰਕਾਰ ਦੇ ਵਿੱਚ ਅਸੀਂ ਬਿਜਲੀ ਦੇ ਪ੍ਰੋਡਕਸ਼ਨ ਤੇ ਆਤਮ ਨਿਰਭਰ ਕੀਤਾ ਪੰਜਾਬ ਨੂੰ ਇਹ ਸਾਰਾ ਦੇਸ਼ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕੱਟ ਲੱਗਦੇ ਸੀਗੇ ਐਗਰੀਕਲਚਰ ਸੈਕਟਰ ਨੂੰ ਸਾਰੀ 4 ਘੰਟੇ 3 ਘੰਟੇ ਬਿਜਲੀ ਮਿਲਦੀ ਸੀ ਔਰ ਜਿਹੜੀ ਡੋਮੈਸਟਿਕ ਹੈ ਲੋਕਾਂ ਦੇ ਘਰੇਲੂ ਵਰਤੋਂ ਵਾਲੀ ਹੈ ਉਹਦੇ 'ਚ ਵੀ ਬਹੁਤ ਜ਼ਿਆਦਾ ਕੱਟ ਲੱਗਦੇ ਸੀ ਲੇਕਿਨ ਇਸ ਗੱਲ ਦਾ ਸਿਹਰਾ ਸ਼ੋਮਨੀ ਅਕਾਲੀ ਦਲ ਨੂੰ ਜਾਂਦਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਬਿਜਲੀ ਦਾ ਤਪਾਦਣਾ ਇੰਨਾ ਜ਼ਿਆਦਾ ਵਧਾਇਆ ਕਿ ਅੱਜ ਪੰਜਾਬ 'ਚ ਸਰਪਲਸ ਬਿਜਲੀ ਹੈ ਜਿਹੜਾ ਆਮ ਆਦਮੀ ਪਾਰਟੀ ਵਾਲੇ ਬਾਰ-ਬਾਰ ਕਹਿੰਦੇ ਨੇ ਕਿ ਜੀ ਪ੍ਰਾਈਵੇਟ ਕੰਪਨੀਆਂ ਨਾਲ ਕੰਟੈਕਟ ਗਲਤ ਹੋ ਗਏ ਮੈਨੂੰ ਬੜੀ ਹੈਰਾਨਗੀ ਹੈ ਕਿ ਜਦੋਂ ਸਰਕਾਰ ਕਾਂਗਰਸ ਦੀ ਬਣ ਗਈ ਲੋਕਾਂ ਨਾਲ ਵਾਅਦੇ ਕਰਦੇ ਸੀ ਤੇ ਉਹ ਕੰਟਰੈਕਟਰਾਂ ਨੂੰ ਦੁਬਾਰਾ ਰੀਕਨਸੀਡਰ ਕਰ ਲੈਂਦੇ ਜਦੋਂ ਕਿ ਬਹੁਤ ਘੱਟ ਰੇਟ ਦੇ ਉੱਤੇ ਕੰਟਰੈਕਟਰ ਹੋਏ ਹੋਏ ਨੇ ਔਰ ਜਦੋਂ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਦੀ ਉਦੋਂ 6 ਰੁਪਏ ਕੁਝ ਪੈਸੇ ਬਿਜਲੀ ਹਰ ਘਰੇਲੂ ਖਪਤਕਾਰ ਨੂੰ ਮਿਲਦੀ ਸੀ ਅੱਜ 10 ਰੁਪਏ ਦੇ ਕਰੀਬ ਹੈ ਇਹ ਸਾਰਾ ਕੁਝ ਕੈਪਟਨ ਮਨਿੰਦਰ ਸਿੰਘ ਦੀ ਫੇਲਰ ਹੈ ਕਿ ਕਿਸੇ ਵੀ ਖੇਤਰ ਦੇ ਵਿੱਚ ਉਹ ਕਾਮਯਾਬ ਨਹੀਂ ਹੋਇਆ ਕਿ ਜਿੱਥੋਂ ਦਾ ਕਾਮ ਆਦਵੀ ਪਾਰਟੀ ਹੈ ਉਹ ਤਾਂ ਦੇਖੋ ਮੈਂ ਸਮਝਦਾ ਡਰਾਮੇਬਾਜ਼ ਨਹੀਂ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਹੈਗੀ ਕਿ ਕਿਸੇ ਰੇਟ ਦੇ ਐਗਰੀਮੈਂਟ ਹੋਏ ਨਹੀਂ ਨਾਲੇ ਸਰਕਾਰ ਦਾ ਮਕਸਦ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਐਗਰੀਮੈਂਟਾਂ ਦੇ ਵਿੱਚ ਕੋਈ ਕਮੀ ਪੇਸ਼ੀ ਸੀ ਉਹਨਾਂ ਨੂੰ ਪੂਰਾ ਦੁਬਾਰਾ ਰੀ ਐਗਰੀਮੈਂਟ ਹੋ ਸਕਦੇ ਤੇ ਐਗਰੀਮੈਂਟ ਤੋੜ ਲੈਂਦੇ ਦੁਬਾਰਾ ਐਗਰੀਮੈਂਟ ਕਰ ਲੈਂਦੇ ਇਸ ਕਰਕੇ ਇਹ ਜਿਹੜੀ ਬਹਾਨੇਬਾਜ਼ੀ ਹੈ ਪੰਜਾਬ ਦੇ ਲੋਕ ਨਹੀਂ ਸੁਣਦੇ ਔਰ ਇਸ ਗੱਲ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਵੀ ਕੀਤਾ ਹੈ ਕਿ ਸਰਕਾਰ ਬਣਦੇ ਸਾਰ ਜਿਹੜਾ ਅੱਜ ਬਿਜਲੀ ਦਾ ਰੇਟ ਹੈ ਦਾ 50% ਅਸੀਂ ਕਰ ਦੇਵਾਂਗੇ ਔਰ ਖਰੇਲੂ ਖਪਤਕਾਰ ਨੂੰ ਅੱਧੇ ਰੇਟ ਤੇ ਬਿਜਲੀ ਦੇਵਾਂਗੇ ਔਰ ਇੰਡਸਟਰੀ ਵਾਲਿਆਂ ਨੂੰ ਵੀ ਰਾਹਤ ਦੇਵਾਂਗੇ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਪੈਟਰੋਲ ਤੇ ਡੀਜ਼ਲ ਦੇ ਜ ਅੱਜ ਜਿਹੜੇ ਅਸਮਾਨ ਛੂਗੇ ਅੱਜ ਤੱਕ ਦੇਸ਼ ਦੇ ਵਿੱਚ ਰਿਕਾਰਡ ਹੈ ਕਿ ਨਾ 92 93 ਰੁਪਏ ਕਦੇ ਪੈਟਰੋਲ ਹੋਇਆ ਨਾ 83 84 ਰੁਪਏ ਪਰ ਲੀਟਰ ਜਿਹੜਾ ਹੈ ਡੀਜ਼ਲ ਹੋਇਆ ਉਹਦੇ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਦੋਵੇਂ ਦੋਸ਼ੀ ਨੇ ਅੱਜ ਕੱਚੇ ਮਾਲ ਦੀ ਕੀਮਤ ਬਹੁਤ ਘਟ ਹੈ 35 ਰੁਪਏ ਦੇ ਕਰੀਬ ਪਰ ਲੀਟਰ ਜਿਹੜਾ ਹੈ ਕੱਚੇ ਮਾਲ ਦੀ ਕੀਮਤ ਹੈ ਉਹਦੇ ਉੱਤੇ ਤੁਸੀਂ ਹੈਰਾਨ ਹੋਮੋਗੇ ਕਿ 57 ਰੁਪਏ ਪਰ ਲੀਟਰ ਟੈਕਸ ਹੈ ਜਿਦੇ ਜੋ 31 ਰੁਪਏ ਕੇਂਦਰ ਸਰਕਾਰ ਲੈ ਰਹੀ ਹੈ 26 ਰੁਪਏ ਕੇਪਟਨ ਸਰਕਾਰ ਲੈ ਰਹੀ ਹੈ ਕੈਪਟਨ ਸਾਹਿਬ ਨੂੰ ਅੱਖਾਂ ਖੁੱਲਣੀਆਂ ਚਾਹੀਦੀਆਂ ਸੀ ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਅੱਜ ਤਰਾ-ਤਰਾ ਕਰ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਬਣ ਗਏ ਪਰ ਕਾਂਗਰਸ ਪਾਰਟੀ ਮੁਜ਼ਾਰੇ ਕਰ ਰਹੀ ਹੈ ਕਿ ਕੇਂਦਰ ਸਰਕਾਰ ਤੇ ਦੋਸ਼ ਲਾ ਰਹੀ ਹੈ ਕਿ ਕੇਂਦਰ ਸਰਕਾਰ ਨੂੰ ਰੇਟ ਘਟਾਉਣੇ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਟੈਕਸ ਘਟਾਵੇ ਉਹ ਸਿਆਣੇ ਕਹਿੰਦੇ ਨੇ ਨਾ ਜਿਹੜਾ ਕੰਮ ਕਰਨਾ ਨਾ ਹੋਵੇ ਉਹਦੇ ਲਈ ਲੋਕਾਂ ਨੂੰ ਗੁੰਮਰਾਹ ਕਰਨਾ ਉੱਠਿਆ ਨਾ ਜਾਵੇ ਫਿਟੇ ਮਗੋਡਿਆਂ ਦੇ ਤੇ ਕੈਪਟਨ ਮਨਿੰਦਰ ਸਿੰਘ 26 ਰੁਪਏ ਟੈਕਸ ਲਾਈ ਜਾਂਦਾ ਹੈ ਤੇ ਉਹ ਕਿਹੜੀ ਖੁਰਸੀ ਚ ਲਾ ਰਿਹਾ ਹੈ ਉਹ ਬੈਠਦੇ ਰੇਟ ਘਟਾਵੇ ਕੇਂਦਰ ਸਾਡੀ ਅਕਾਲੀ ਦਲ ਵੱਲੋਂ ਮੰਗ ਹੈਗੀ ਹੈ ਕਿ ਦੇਸ਼ ਪੰਜਾਬ ਦੇ ਲੋਕਾਂ ਨੂੰ ਰਾਹ ਦੇਣ ਵਾਸਤੇ ਕਟੋ-ਕਟ 5 ਰੁਪਏ ਉਹ ਘਟਾਉਣ 5 ਰੁਪਏ ਘਟਾਉਣ 10 ਜਾਂ 15 ਰੁਪਏ ਪਰ ਲੀਟਰ ਰੇਟ ਘਟਾਉਣ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਅੱਜ ਟਰਾਂਸਪੋਰਟਰਾਂ ਦਾ ਕੀ ਹਾਲ ਹੈ ਟਰੱਕ ਯੂਨੀਅਨਾਂ ਪੰਕੜਤੀਆਂ 60% ਰੇਟ ਘਟਾਤੇ ਤੇ ਟਰੱਕ ਯੂਨੀਅਨਾਂ ਦੇ ਕਬਜ਼ੇ ਇਹਨਾਂ ਦੇ ਮੰਤਰੀ ਐਮ ਐਲ ਏ ਆਪਣੇ ਹੱਥ ਟੋਕਿਆਂ ਤੋਂ ਔਰ ਚਹੇਤੀਆਂ ਤੋਂ ਕਰਵਾ ਰਹੇ ਨੇ ਇਸ ਕਰਕੇ ਅੱਜ ਸਾਰਾ ਟਰਾਂਸਪੋਰਟ ਦਾ ਬਿਜ਼ਨਸ ਜਿਹੜਾ ਹੈ ਉਹ ਫੇਲ ਹੋ ਗਿਆ ਤੇ ਪੰਜਾਬ ਦੇ ਲੋਕਾਂ ਦੇ ਹਾਲਾਤ ਆ ਜਿਸ ਤਰ੍ਹਾਂ ਦੇ ਬਣ ਗਏ ਕਿ ਬੇਰਜ਼ਗਾਰ ਜਿਹੜੇ ਨੇ ਉਹ ਸੜਕਾਂ ਦੇ ਤੱਕੇਕਾਰੇ ਨੇ ਖੁਦਕੁਸ਼ੀਆਂ ਵੱਲ ਜਾ ਰਹੇ ਨੇ ਸਾਰਾ ਪੰਜਾਬ ਜਿਹੜਾ ਹੈ ਇਹਦਾ ਯੂਥ ਪਲਾਈਨ ਕਰ ਰਿਹਾ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਪੰਜਾਬ ਚ ਯੂਥ ਨਹੀਂ ਰਹਿ ਰਿਹਾ ਉਹਦਾ ਕਾਰਨ ਇੱਕੋ ਹੀ ਹੈ ਕਿ ਸਰਕਾਰ ਨੇ ਜੋ ਕੁਝ ਵਾਦਾ ਕੀਤਾ ਸੀ ਉਹ ਇੱਕ ਵੀ ਪੂਰਾ ਨਹੀਂ ਕੀਤਾ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਮੰਗਦਾ ਹੈ ਜਵਾਬ ਦੇ ਦੇ ਨਾ ਦੇ ਉਤੇ ਲਹਿਰ ਜਲਾਈ ਹੈ 1 ਤਾਰੀਖ ਨੂੰ ਅਸੀਂ ਲੱਖਾਂ ਦੀ ਤਦਾਦ ਉੱਤੇ ਵਰਕਰ ਇਕੱਠੇ ਹੋਏ ਨੇ ਜਿਨ੍ਹਾਂ ਨੇ ਕੈਪਟਨ ਮਨਿੰਦਰ ਤੋਂ ਜਵਾਬ ਵੀ ਮੰਗੇ ਤੇ ਵਿਧਾਨ ਸਭਾ ਦਾ ਘਰੋਕ ਕੀਤਾ ਉਸੇ ਲਕੜੀ ਦੇ ਵਿੱਚ 8 ਤਾਰੀਖ ਨੂੰ ਹਲਕਾ ਵਾਈ ਜਿਹੜੇ ਨੇ ਅਸੀਂ ਧਰਨੇ ਰੋਸ ਧਰਨੇ ਲਾ ਰਹੇ ਹਾਂ ਔਰ ਉਸੇ ਦਿਨ ਅਸੀਂ ਸਬੰਧਤ ਜਿਹੜੇ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਜਾਂ ਐਸਡੀਐਮ ਨੇ ਉਹਨਾਂ ਨੂੰ ਅਸੀਂ ਮੈਮੋਰੰਡਮ ਵੀ ਦੇਵਾਂਗੇ 2 8 ਤਾਰੀਖ ਦੇ ਰੋਸ ਧਰਨੇ ਦੇ ਲਈ ਬਹੁਤ ਵੱਡਾ ਵਰਕਣਾ ਤਤਸ਼ਾਹ ਅੱਜ ਅਸੀਂ ਆਪਣੇ ਆਗੂਆਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਸਾਨੂੰ ਜਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਹੈ ਉਸ ਤੋਂ ਲੱਗਦਾ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਹੈ ਉਸ ਦੇ ਵਿੱਚ ਲੋਕਾਂ ਨੇ ਕੈਪਟਨ ਮਨਿੰਦਰ ਤੋਂ ਜਵਾਬ ਮੰਗਨੇ ਕੈਪਟਨ ਮਨਿੰਦਰ ਲੋਕਾਂ ਦੇ ਨਮਕਾ ਤੇ ਜ਼ਖਮ ਵੀ ਛਿੜਕ ਰਿਹਾ ਹੈ ਜਿਹੜਾ ਪ੍ਰਸ਼ਾਂਤ ਕਸੂਰ ਹੈ ਜਿਨੇ ਝੁੱਟੀਆਂ ਸੌਹਾਂ ਖਵਾਈਆਂ ਗੁਟਕਾ ਸਾਧ ਨੂੰ ਹੱਥ ਚ ਲੈ ਕੇ ਦਮਦਮਾ ਸਾਹਿਬ ਨਾਲ ਹੱਥ ਕਰਕੇ ਲੋਕਾਂ ਨਾਲ ਵਾਅਦੇ ਕੀਤੇ ਕਿ ਮੈਂ ਨੌਕਰੀ ਵੀ ਕਰ ਕਰ ਦੇ ਦੂੰ ਕਰਜ਼ੇ ਵੀ ਮਾਫ ਕਰ ਦੂੰ ਰੇਤਾ ਬਜਰੀ ਫ੍ਰੀ ਕਰ ਦੂੰਗਾ ਨਸ਼ੇ ਖਤਮ ਕਰ ਦੂੰਗਾ ਅੱਜ ਉਹੀ ਜਿਹੜਾ ਬਹਿਰੂਪੀਆ ਹੈਗਾ ਉਹੀ ਜਿਹੜਾ ਝੁਮਲੇਵਾਜ ਹੈ ਉਸ ਨੂੰ ਅੱਜ ਪੰਜਾਬ ਸਰਕਾਰ ਨੇ ਕੈਬਨਟ ਮੰਤਰੀ ਦੇ ਤੌਰ ਤੇ ਜੁਆਇਨ ਕਰਾਇਆ ਹੈ ਕੈਬਨਟ ਮੰਤਰੀ ਦੇ ਉੱਤੇ ਉੱਤੇ ਤੌਰ ਤੇ ਜੁਆਇਨ ਕਰਾਉਣਾ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਦੇ ਨਮਕ ਚਰਕਣ ਦੇ ਬਰਾਬਰ ਹੈ ਕਿਉਂਕਿ ਜਿਹੜਾ ਕਰੋੜਾਂ ਰੁਪਏ ਦਾ ਬੋਝ ਪੰਜਾਬ ਤੇ ਪਾਇਆ ਉਹ ਇਸੇ ਕਰਕੇ ਪਾਇਆ ਹੈ ਮੈਂ 2022 ਦੇ ਵਿੱਚ ਕੋਈ ਨਵਾਂ ਸੰਢਿੱਤਰ ਰੱਜ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਸ਼ਾਇਦ ਮੈਂ ਲੋਕਾਂ ਨੂੰ ਗਮਰਾਹ ਕਰ ਲਿਆ ਪੰਜਾਬ ਦੇ ਲੋਕ ਸਿਆਣੇ ਨੇ ਇੱਕ ਵਾਰੀ ਕਾਠ ਦੀ ਹੰਡੀ ਚੜਦੀ ਹੈ ਬਾਰ ਬਾਰ ਕਾਠ ਦੀ ਹੰਡੀ ਨਹੀਂ ਚੜਦੀ ਹੁੰਦੀ ਔਰ ਪੰਜਾਬ ਦੇ ਲੋਕਾਂ ਨੇ ਪਿੰਡਾਂ 'ਚ ਨਹੀਂ ਬਣਨ ਦੇਣੇ ਇਹਨਾਂ ਨੂੰ ਪਿੰਡਾਂ 'ਚ ਲੋਕਾਂ ਨੇ ਜਵਾਬ ਮੰਗਨੇ ਕਿ ਪਹਿਲਾਂ ਸਾਡੇ ਪਿੰਡ ਦਾ ਸਾਰਾ ਕਰਜ਼ਾ ਇਕੱਲੇ ਇਕੱਲੇ ਘਰ ਨੂੰ ਨੌਕਰੀ ਤੇ ਸਾਨੂੰ ਇਸ ਗੱਲ ਦਾ ਉਤੇ ਔਰ ਜੋ ਤੁਸੀਂ ਸਾਡੇ ਨਾਲ ਬੇਰਜ਼ਗਾਰੀ ਪਤਾ ਕਰਿਆ ਸੀ ਜੋ ਤੁਹਾਨੂੰ 51000 ਛਗਣ ਕਰਿਆ ਜੋ ਸਾਡੇ ਨਾਲ ਤੁਸੀਂ 2500 ਰੁਪਏ ਪੈਨਸ਼ਨ ਕਰੀ ਹੈ ਉਹ ਸਾਰਾ ਕੁਝ ਕੰਪਲੀਟ ਕਰਕੇ ਬਾਅਦ ਦੇ ਵਿੱਚ ਸਾਡੇ ਪਿੰਡ ਚ ਐਂਟਰ ਹੋਇਓ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਪਿੰਡਾਂ ਚ ਨਹੀਂ ਬਣ ਦੇਣਾ ਜਿੱਥੋਂ ਦਾ ਕਾਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਬੇਈਮਾਨਾ ਪਾਰਟੀ ਹੈ ਉਹਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਸੰਬੰਧ ਨਹੀਂ ਨਾ ਉਹਨਾਂ ਨੂੰ ਪੰਜਾਬ ਦੇ ਕਲਚਰ ਦਾ ਪਤਾ ਹੈ ਜੋ ਕੁਝ ਉਹ ਕਰਦੇ ਫਿਰਦੇ ਨੇ ਉਹ ਉਹ ਮਤਲਬ ਉਸ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਵੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਅਸੀਂ ਗਮਰਾਹ ਕਰ ਸਕਦੇ ਹਾਂ ਪੰਜਾਬ ਦੇ ਲੋਕ ਇਸ ਗੱਲ ਨੂੰ ਪਲੀ ਪਾਂ ਜਾਣਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਭਲਾ ਨਾ ਕਿਸੇ ਨੇ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਔਰ ਪੰਜਾਬ ਦੇ ਹਿੱਤਾਂ ਦੇ ਲਈ ਹਮੇਸ਼ਾ ਲੜੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੀ ਖੁਸ਼ਹਾਲ ਪੰਜਾਬ ਜਿਹੜਾ ਹੈ ਬਣਾਵਾਂਗੇ ਪਰ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਕਾਂਗਰਸੀ ਤੇ ਅਕਾਲੀ ਦਲ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਲੁੱਟਦੇ ਨੇ ਇੱਕ ਵਾਰੀ ਉਹ ਲੁੱਟਦੇ ਨੇ ਇੱਕ ਵਾਰੀ ਉਹ ਲੁੱਟਦੇ ਨੇ ਵੀ ਅਸੀਂ ਪੂਰਾ ਭ੍ਰਿਸ਼ਟਾਚਾਰ ਖਤਮ ਕਰਾਂਗੇ ਜੇ ਸਾਨੂੰ ਮੌਕਾ ਦਿਨੇ ਹੋ ਇੱਕੋ ਇੱਕ ਪਾਰਟੀ ਹੈ ਜਿਹਦੇ ਉੱਤੇ ਇਹ ਜੇ سنگੀਨ ਦੋਸ਼ ਲਾਏ ਨੇ ਉਹਨਾਂ ਦੇ ਵਾਲੰਟਰੀਆਂ ਨੇ ਕਰੋੜਾਂ ਰੁਪਏ ਦਾ ਟਿਕਟਾਂ ਵੇਚਦੀਆਂ ਤੇ ਕਿਸ ਤਰੀਕੇ ਦੇ ਨਾਲ ਮੈਨੂੰ ਕਹਿਣਾ ਨਹੀਂ ਚਾਹੀਦਾ ਸ਼ਰਾਬ ਤੇ ਸੁਆਬ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਨੇ ਔਰ ਕਿੰਨੇ ਮੈਨੂੰ ਲੱਗਦਾ ਹੈ ਕਿ ਕਿੰਨੇ ਬੰਦਿਆਂ ਤੇ ਪਰਚੇ ਦਰਜ ਹੋਏ ਨੇ ਕ腐ਸ਼ਨ ਦੇ ਔਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਬੇਈਮਾਨ ਪਾਰਟੀ ਹੈ ਕਿਉਂਕਿ ਇਹ ਨਕਾਰੇ ਹੋਏ ਲੋਕ ਨੇ ਜਿਹੜੇ ਬੰਦੇ ਵੱਖ-ਵੱਖ ਪਾਰਟੀਆਂ 'ਚੋਂ ਜਿਹੜੇ ਨੇ ਡੀਮੋਰਲਾਈਜ਼ ਹੋ ਜਾਂਦੇ ਨੇ ਜਾਂ ਕਿਸੇ ਪਾਸੇ ਉਹਨਾਂ ਦੀ ਜ਼ਮੀਨ ਨਹੀਂ ਮਿਲਦੀ ਤੋ ਜ਼ਮੀਨ ਤਲਾਸ਼ਣ ਵਾਸਤੇ ਇਸ ਪਾਸੇ ਨੂੰ ਚੱਲ ਪੈਂਦੇ ਨੇ ਮੈਨੂੰ ਨਹੀਂ ਸਮਝਦਾ ਕਿ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਫਿਊਚਰ ਲਈ ਪੰਜਾਬ ਦੇ ਲਈ ਕੋਈ ਵਿਜਨੇਨਾ ਕੋਲੇ ਕੋਈ ਵਿਜਨ ਨਹੀਂ ਤੁਹਾਡੇ ਸਾਹਮਣੇ ਇੱਕ ਆਧਾਰ ਨੇ ਕਿ ਦੋ ਵਾਰੀ ਇੱਥੇ ਭਗਵੰਤ ਸਿੰਘ ਮਾਨ ਜਿੱਤੇ ਨੇ ਉਹ ਦੱਸ ਸਕਦੇ ਨੇ ਕਿ 10 ਸਾਲ ਚ ਉਹਨਾਂ ਦੀ ਕੀ ਪ੍ਰਾਪਤੀ ਹੈ ਕੋਈ ਇੱਕ ਕੋਈ ਪ੍ਰੋਜੈਕਟ ਲਿਆਂਦਾ ਹੈ ਕੋਈ ਕੋਈ ਐਜੂਕੇਸ਼ਨ ਦਾ ਕੋਈ ਇੰਸਟੀਚਿਊਸ਼ਨ ਲਿਆਂਦਾ ਹੈ ਕੋਈ ਉਹਨਾਂ ਨੇ ਕੰਮ ਕੀਤਾ ਹੈ ਸਿਵਾਏ ਲੋਕਾਂ ਨੂੰ ਗਮਰਾਹ ਕਰਨ ਤੋਂ ਇੱਕੋ ਗੱਲ ਕਹਿਣੀ ਕਿ ਸਾਡੇ ਵਰਗਾ ਇਮਾਨਦਾਰ ਕੋਈ ਨਹੀਂ ਆਪਣੇ ਆਪ ਨੂੰ ਮੀਆਂ ਮਿੱਠੂ ਕਹਿੰਦਾ ਮੇਰਾ ਸਮਝਦਾ ਵੀ ਲੋਕਾਂ ਨੂੰ ਹੈ ਨਹੀਂ ਆ ਉਹ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਹੋ ਗਈਆਂ ਨੇ ਕਿਤੇ ਨਾਂ ਵੀ ਨਹੀਂ ਹੈ ਉਹਨਾਂ ਦਾ ਇਸ ਕਰਕੇ ਸ਼ੋਮਨੀਆ ਅਕਾਲੀ ਦਲ ਪੰਜਾਬ ਦੀ ਵਾਰਸ ਹੈ ਸ਼ੋਮਨੀਆ ਅਕਾਲੀ ਦਲ ਨੇ ਸੰਘਰਸ਼ ਕੀਤਾ ਆਪਣੇ ਹਿੱਤਾਂ ਲਈ ਦੇਸ਼ ਦੇ ਹਿੱਤਾਂ ਲਈ ਲੜੇ ਆ ਬਜਟ ਤੋਂ ਕੀ ਉਮੀਦਾਂ ਨੇ ਤੁਹਾਨੂੰ ਸੈਸ਼ਨ ਚੱਲ ਰਿਹਾ ਕੈਪਟਨ ਮਰੀਂਦਰ ਸਿੰਘ ਦੀ ਸਰਕਾਰ ਦਾ ਇਹ ਲਾਸਟ ਜਿਹੜਾ ਅਖੀਰਲਾ ਬਜਟ ਹੈਗਾ ਇਹ ਤੋਂ ਨਾ ਲੋਕਾਂ ਨੂੰ ਪਹਿਲਾਂ ਕੋਈ ਆਸthi ਨਾ ਕੋਈ ਅੱਜ ਆਸ ਹੈ ਈਵਨ ਇੱਥੋਂ ਤੱਕ ਲਾ ਲੋ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ 20000 ਅਸਾਮੀਆਂ ਵੱਖ-ਵੱਖ ਵਿਭਾਗਾਂ ਵਿੱਚ ਖਤਮ ਕਰਤੀਆਂ ਔਰ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰੀ ਪੈਟਰਨ ਤੇ ਰੱਖਣ ਦਾ ਫੈਸਲਾ ਕੀਤਾ ਜਿੰਨੇ ਪੈਨਸ਼ਨਰਸ ਨੇ ਉਹ ਪਰੇਸ਼ਾਨ ਨੇ ਸੱਤ ਡੀਏ ਦੀਆਂ ਕਿਸ਼ਤਾਂ ਰਹਿਦੀਆਂ ਨੇ ਔਰ ਕਿਸੇ ਵੀ ਬੰਦੇ ਨੂੰ ਰੈਗੂਲਰ ਨਹੀਂ ਕੀਤਾ ਕਿਸੇ ਵੀ ਬੰਦੇ ਨੂੰ ਕੋਈ ਰਾਹਤ ਨਹੀਂ ਦਿੱਤੀ ਇਸ ਕਰਕੇ ਜਿਹੜਾ ਇਹ ਬਜਟ ਹੈ ਖੋਖਲਾ ਸਾਫਤ ਹੋਣਾ ਤੇ ਟਕਾਉਂਸਲਾ ਹੈਗਾ ਠੀਕ ਹੈ ਕੋ ਕੋਸ਼ਿਸ਼ ਕਰ ਰਹੇ ਨੇ ਕਿ ਆਉਣ ਵਾਲੀ ਜਿਹੜੀ 2022 ਦੀ ਇਲੈਕਸ਼ਨ ਹੈ ਉਹਦੇ ਲਈ ਕੋਈ ਨਾ ਕੋਈ ਲਾਲੀਪਪ ਦੇਣ ਪਰ ਮੈਂ ਨਹੀਂ ਸਮਝਦਾ ਕਿ ਬਜਟ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਹੋ ਸਕਦਾ ਜਨਨਿਕ ਆਉਣ ਵਾਲੀਆਂ ਵੋਟਾਂ ਇਹ ਤੇ ਨਿਰਪਰ ਹੋਣਗੀਆਂ ਜੋ ਵੀ ਬਜਟ ਚ ਆਊਗਾ ਉਸ ਹਿਸਾਬ ਨਾਲ ਹੀ ਫੈਸਲਾ ਕਰਨਗੇ ਪੰਜਾਬ ਦੇ ਲੋਕ ਬਿਲਕੁਲ ਕੋਸ਼ਿਸ਼ ਕਰਨਗੇ ਕਿ ਲੋਕਾਂ ਨੂੰ ਅਸੀਂ ਗਮਰਾਹ ਕਰ ਲਈਏ ਪਰ ਲੋਕਾਂ ਨੇ ਤਾਂ 5 ਸਾਲ ਦਾ ਹਿਸਾਬ ਲੈਣੇ ਲੋਕਾਂ ਨੇ ਇਹ ਤਾਂ ਨਹੀਂ ਲੈਣਾ ਕਿ ਆ ਆ ਕੇ ਇਸ ਬਜਟ ਦੇ ਵਿੱਚ ਜੇ ਮਾੜਾ ਮੋਟਾ ਕਿਸੇ ਨੂੰ ਉਹ ਚੀਚੀ ਤੇ ਖੂਨ ਲਾ ਕੇ ਸ਼ਹੀਦ ਨਹੀਂ ਨਾ ਬਣ ਸਕਦੇ ਜੇ 5 ਸਾਲ ਦੀ ਕੋਈ ਕਾਰਗੁਜ਼ਾਰੀ ਹੈਗੀ ਲੋਕਾਂ ਨੇ 5 ਸਾਲ ਦੀ ਕਾਰਗੁਜ਼ਾਰੀ ਤੇ ਮੈਰਿਟ ਬਣਾਉਣੀ ਹੈ 5 ਸਾਲ ਚ ਜੋ ਲੋਕਾਂ ਨਾਲ ਧੋਖਾ ਹੋਇਆ ਹੈ ਠੱਗੀ ਮਾਰੀ ਹੈ ਲੋਕਾਂ ਨੂੰ ਜਲੀਲ ਕੀਤਾ ਹੈ ਝੂਠੇ ਪਰਚੇ ਕੀਤੇ ਨੇ ਤੇ ਅੱਜ ਤਰਾ ਤਰਾ ਸਾਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਲੋਕਾਂ ਨੂੰ ਦਾ ਸਾਮਣੇ ਨਾ ਕੋ ਠੀਕ ਹੈ ਤੁਹਾਨੂੰ ਕੀ ਲੱਗਦਾ ਪਹਿਲਾਂ ਵਾਦੇ ਵੱਡੇ ਹੁੰਦੇ ਸੀ ਬਾਬੂ ਜੀ ਜਿਵੇਂ ਹੁਣ ਵੀ ਕੋਈ ਬਜਟ ਚ ਗੱਲਾਂ ਆਉਣਗੀਆਂ ਜਾਂ ਉਹ ਲੋਕ ਹੁਣ ਸਮਝ ਚੁੱਕੇ ਨੇ ਉਹ ਕਹਿੰਦੇ ਨੇ ਕਿਉਂਕਿ ਪਿਛਲੀ ਵੀਡੀਓ ਵਾਇਰਲ ਹੋ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਵਾਦੇ ਕਰ ਰਹੇ ਨੇ ਵੀ ਪੂਰਾ ਕਰਜ਼ਾ ਮਾਫ ਕਰ ਦਾਂਗੇ ਹੁਣ ਵੀ ਵਾਇਰਲ ਹੋ ਰਹੀ ਆ ਜਨਨ ਕਿ ਲੋਕ ਹੁਣ ਭੁੱਲਦੇ ਨਹੀਂ ਹੈਗੇ ਜੋ ਵੀ ਵਾਦਾ ਕਰਿਆ ਵੀ ਬਹੁਤ ਸੋਚ ਸਮਝ ਕੇ ਵਾਦੇ ਕਰਨੇ ਪਿਆ ਕਰਨਗੇ ਹੁਣ ਰਾਜਨੀਤਿਕ ਆਗੂਆਂ ਨੂੰ ਕੀ ਲੱਗਦਾ ਤੁਹਾਨੂੰ ਦੇਖੋ ਵੈਸੇ ਤਾਂ ਨਾ ਚੋਣ ਕਮਿਸ਼ਨ ਨੂੰ ਕਿਸੇ ਵੀ ਪਾਰਟੀ ਦਾ ਜਿਹੜ ਉਸ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ ਜੇਕਰ ਕੋਈ ਪਾਰਟੀ 80 ਜਾਂ 85% ਤੋਂ ਵੱਧ ਵਾਦੇ ਪੂਰੇ ਨਹੀਂ ਕਰਦੀ ਉਸ ਦੀ ਰਜਿਸਟ੍ਰੇਸ਼ਨ ਹੀ ਖਤਮ ਕਰ ਦੇਣੀ ਚਾਹੀਦੀ ਹੈ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਗਮਰਾਹ ਕਰਦੇ ਹੋ ਝੂਠ ਬੋਲਦੇ ਹੋ ਝੂਠੀਆਂ ਸੌਹਾਂ ਖਾਂਦੇ ਹੋ ਤੇ ਮੇਰੇ ਖਿਆਲ ਹੈ ਵੀ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਕਤਲ ਹੈ ਸ਼ੋਮਨੀ ਅਕਾਲੀ ਦਲ ਇਸ ਗੱਲ 'ਚ ਵਿਸ਼ਵਾਸ ਰੱਖਦਾ ਹੈ ਕਿ ਜੋ ਕਹਤਾ ਉਹ ਕਰਕੇ ਦਿਖਾਇਆ ਹੈ ਸੋ ਇਹ ਸੰਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਿਨ੍ਹਾਂ ਨੇ ਕਿਹਾ ਕਿ ਜੋ ਵੀ ਵਾਅਦੇ ਹੁੰਦੇ ਨੇ ਚੋਣ ਕਮਿਸ਼ਨ ਨੂੰ ਪੂਰੀਆਂ ਸਖਤ ਹਦਾਇਤਾਂ ਚਾਹੀਦੀਆਂ ਨੇ ਜੇ ਕੋਈ ਪਾਰਟੀ ਵਾਅਦੇ ਨਹੀਂ ਪੂਰੇ ਕਰ ਸਕਦੀ ਤਾਂ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਅਤੇ ਸਜ਼ਾ ਲਾਉਣੀ ਚਾਹੀਦੀ ਜਾਂ ਜੁਰਮਾਨੇ ਲਾਉਣੇ ਚਾਹੀਦੇ ਤਾਂ ਕਿ ਝੂਠੇ ਵਾਅਦੇ ਨਾ ਹੋ ਸਕਣ ਇਨਾਂ ਨੇ ਕਿਹਾ ਕਿ ਬਜਟ ਚੱਲ ਰਿਹਾ ਬਜਟ ਖੋਖਲਾ ਹੀ ਹੋਊਗਾ ਜਿਵੇਂ ਸਾਨੂੰ ਲੱਗਦਾ ਕਿਉਂਕਿ ਕਾਰਗੁਜ਼ਾਰੀ ਕਾਂਗਰਸ ਪਾਰਟੀ ਦੀ ਵਧੀਆ ਨਹੀਂ ਰਹੀ ਸੋ ਪੂਰੇ ਜਾਗਰੂਕ ਹੋ ਗਏ ਪੰਜਾਬ ਦੇ ਲੋਕ ਜਾਣਦੇ ਨੇ ਗੁਰਵਿੰਦਰ ਰੋਮੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ